ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਜੋ ਕਿ ਪਿੰਡ ਦੇ ਵਿੱਚ ਨਗਰ ਨੇ ਸਹਿਯੋਗ ਦੇ ਕੇ ਸਰਪੰਚ ਨੂੰ ਜਿੱਤ ਪ੍ਰਾਪਤ ਕਰਾਈ ਆ ਕੋਈ ਸਹਿਯੋਗ, ਅਤੇ ਉਸ ਸਹਿਯੋਗ ਨੂੰ ਅਸੀਂ ਇਹ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਨਗਰ ਦਾ, ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹੀ ਸਲਾਮਤ ਚੋਣ ਲੜੀ ਗਈ ਆ, ਲੜਾਈ ਕਲੇਸ਼ ਤੋਂ ਬਚੇ ਆ, ਅਤੇ ਇਹ ਕੰਮ ਬਹੁਤ ਵਧੀਆ ਹੋਣਗੇ ਇਸ ਪਿੰਡ ਦੇ ਵਿੱਚ। ਸਾਡਾ ਪਿੰਡ ਮੋਢੇ ਸਰਪੰਚ ਸਾਹਿਬ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਸਾਰੇ ਪਿੰਡ ਦੇ ਨਾਲ, ਨਗਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚੀ ਚੋਣ ਜਿੱਤੇ, ਤੁਸੀਂ ਪਿੰਡ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿੰਡ ਦਾ ਸੰਦੇਸ਼ ਤਾਂ ਸਭ ਤੋਂ ਪਹਿਲਾਂ ਵੱਡੀ ਗੱਲ ਆਈ, ਮੇਰੀ ਵਾਈਫ ਪਤਨੀ ਸਤਵੀਰ ਕੌਰ ਸੇਖੋਂ ਜੋ ਕਿ ਪਿੰਡ ਚੀਮੇ ਤੋਂ ਚੋਣ ਜਿੱਤੇ ਆ, ਇਹ ਸਾਰੇ ਨਗਰ ਦਾ ਪਹਿਲਾਂ ਤਹਿ ਦਿਲ ਤੋਂ ਮੈਂ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ ਜੀ। ਦੂਜਾ ਨੰਬਰ ਜੀ, ਜੋ ਸਾਡਾ ਮੇਨ ਮੁੱਦਾ ਵਿਕਾਸ, ਅਸੀਂ ਜਿਹੜੀ ਚੋਣ ਜਿੱਤੇ ਹਾਂ ਸਿਰਫ ਵਿਕਾਸ ਦੇ ਮੁੱਦੇ 'ਤੇ ਜਿੱਤੇ ਹਾਂ ਜੀ, ਅਤੇ ਵਿਕਾਸ ਕਰਨਾ ਸਾਡਾ ਇੱਕ ਫਰਜ਼ ਸਮਝਿਆ ਜੀ। ਅਸੀਂ ਸਭ ਤੋਂ ਪਹਿਲਾਂ ਪਿੰਡ ਨੂੰ ਅੱਗੇ ਲੈ ਕੇ ਜਾਓ, 40 ਸਾਲ ਤੋਂ ਜੋ ਪਿੰਡ ਆ ਬਹੁਤ ਪਿੱਛੇ ਪਛੜਿਆ ਹੋਇਆ ਜੀ, ਸਾਡਾ ਮੇਨ ਮੁੱਦਾ ਵਿਕਾਸ ਆ ਜੀ, ਅਸੀਂ ਉੱਥੋਂ ਸਟਾਰਟ ਕੀਤਾ ਕੰਮ, ਅਤੇ ਇਹ ਚੋਣ ਸਾਨੂੰ ਜੋ ਲੋਕਾਂ ਨੇ ਮੌਕਾ ਦਿੱਤਾ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਨਵੇਂ ਸਾਲ 'ਤੇ ਤੁਸੀਂ ਕੀ ਸੰਦੇਸ਼ ਦੇਣਾ ਪਿੰਡ ਵਾਸੀਆਂ ਨੂੰ ਨਵੇਂ ਸਾਲ 'ਤੇ? ਨਵੇਂ ਸਾਲ 'ਤੇ ਮਹਾਰਾਜ ਸੁੱਖ ਰੱਖੇ ਜੀ। ਨਵੇਂ ਸਾਲ 'ਤੇ ਪਹਿਲਾਂ ਤਾਂ ਮੈਂ ਜਿਹੜੇ ਦੇਸ਼ ਵਿਦੇਸ਼ ਬੈਠੇ ਆ ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ, ਔਰ ਹੈਪੀ ਨਿਊ ਈਅਰ ਕਿੰਨਾ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਜੋ ਕਿ ਚੋਣਾਂ ਜਿੱਤੇ ਹਾਂ, ਇਲੈਕਸ਼ਨ ਲੜਿਆ ਸੀ, ਬੜੀ ਹੀ ਸ਼ਾਨਦਾਰ ਢੰਗ ਨਾਲ ਜਿੱਤ ਪ੍ਰਾਪਤ ਹੋਈ ਹੈ, ਇਸ ਕਰਕੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ। ਤੁਸੀਂ ਕਿਸ ਮਕਸਦ ਨੂੰ ਇਲੈਕਸ਼ਨ ਲੜਿਆ ਜੀ? ਪਿੰਡ ਦੇ ਵਿਕਾਸ ਦੇ ਲਈ। ਅਸੀਂ ਪਿੰਡ 'ਚ ਕੀ ਕੀ ਕਮੀਆਂ, ਕੋਈ ਕਮੀਆਂ ਤੁਟੀਆਂ ਪਿੰਡ 'ਚ? ਪਿੰਡ ਦੇ ਵਿੱਚ ਬਹੁਤ ਕਮੀਆਂ, ਥੋੜ੍ਹਾ ਜਿਹਾ ਚੱਲਣਾ ਪਾਓ, ਤੁਸੀਂ ਚੱਲਣਾ ਪਾਓ ਥੋੜ੍ਹਾ। ਚੱਲਣ ਦਾ ਹੀ ਪਹਿਲਾਂ ਸਟਾਰਟਿੰਗ, ਸਾਡੇ ਜਿਹੜਾ ਪਾਣੀ ਦਾ ਨਿਕਾਸ ਆ ਬਹੁਤ ਮਾੜਾ ਹਾਲ ਹੈ ਜੀ। ਦੂਜਾ ਨੰਬਰ 'ਤੇ ਜੋ ਪਾਣੀ ਦਾ ਵਿਕਾਸ ਆ, ਸਾਡੀ ਕੋਸ਼ਿਸ਼ ਆ ਵੀ ਸੀਵਰੇਜ ਪਾਈਏ ਜੀ, ਸਕੂਲ ਅਪਗ੍ਰੇਡ ਕਰਾਉਣ ਵਾਲਾ ਜੀ, ਬੱਚਿਆਂ ਦਾ ਬਹੁਤ ਹੀ ਮੁਸ਼ਕਲ ਆ, 8ਵੀਂ ਕਲਾਸ ਸਾਡੇ ਬੱਚੇ ਬਾਹਰ ਪੜ੍ਹਨ ਜਾਂਦੇ, ਉਹਨਾਂ ਲਈ ਬਹੁਤ ਮੁਸ਼ਕਲਾਂ ਆਉਂਦੀਆਂ, ਕੋਸ਼ਿਸ਼ ਕਰਾਂਗੇ, ਇਹ ਵੀ ਸਾਡਾ ਮੇਨ ਮੁੱਦਾ ਜੀ। ਬਾਕੀ ਮੁੱਦੇ ਤਾਂ ਕਾਫੀ ਆ ਜੀ, ਅਸੀਂ ਤੁਹਾਨੂੰ ਵਿਸਤਾਰ ਤਾਂ ਨਹੀਂ ਦੱਸ ਸਕਦੇ, ਕਾਫੀ ਮੁੱਦੇ ਸਾਡੇ ਪਿੰਡ ਦੇ ਜਿਹੜੇ ਹੋਏ ਨਹੀਂ ਕੰਮ, ਕੁਛ ਵੀ ਵਿਕਾਸ ਦਾ ਕੰਮ ਨਹੀਂ ਹੋਇਆ ਇੱਥੇ। ਬਾਈ ਜੀ, ਅਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਾਡੇ ਚੋਣ ਦਾ ਮੇਨ ਮੁਨਾਸਰ ਸੀ, ਪਿੰਡ ਦਾ ਵਿਕਾਸ ਸੀ, ਪਾਰਟੀ ਬੇਸ ਤੋਂ ਉੱਚੇ ਉੱਠ ਕੇ ਅਸੀਂ ਇਹ ਕੰਮ ਕਰਨਾ, ਅਤੇ ਬੱਚਿਆਂ ਲਈ ਗਰਾਊਂਡ ਦਾ ਪ੍ਰਬੰਧ ਵੀ ਕਰਾਂਗੇ ਜੋ ਸਾਡਾ ਸੀਗਾ। ਇੱਕ ਅਸੀਂ ਹੈਲਪਲਾਈਨ ਚਲਾਉਣੀ ਆ ਮੋਬਾਈਲ ਦੀ, ਜੋ ਕਿ ਲੋਕ ਨਹੀਂ ਸਾਡੇ ਘਰ ਆਉਣਗੇ, ਅਸੀਂ ਲੋਕਾਂ ਦੇ ਘਰ ਜਾ ਕੇ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਨਾਮ ਜੀ? ਪਵਨਦੀਪ ਕੌਰ। ਕਿਹੜਾ ਪਿੰਡ ਜੀ ਤੁਹਾਡਾ? ਰੰਡੇਵਾਲਾ। ਤੁਸੀਂ ਕੀ ਲੋਕਾਂ ਦਾ ਧੰਨਵਾਦ ਲਈ ਸੰਦੇਸ਼ ਦੇਣਾ ਚਾਹੋਗੇ? ਮੈਂ ਨਗਰ ਸਮੂਹ ਨਗਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇੰਨੀ ਰੀਡ ਦੇ ਨਾਲ ਮੈਨੂੰ ਜਿਤਾਇਆ ਹੈ। ਹੋਰ ਕੁਛ, ਕਿਸ ਮੁੱਦੇ ਤੁਸੀਂ ਚੋਣ ਲੜੀ? ਸਰਪੰਚ ਦੇ ਵਿਕਾਸ ਤੇ। ਹੋਰ ਨਵੇਂ ਸਾਲ ਬਾਰੇ ਕੀ ਸੰਦੇਸ਼ ਦੇ ਰਹੇ ਹੋ ਪਿੰਡ ਵਾਸੀਆਂ ਨੂੰ? ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਪਿੰਡ ਵਾਸੀਆਂ ਵਾਸਤੇ, NRI ਦੀ ਰਾਸਤੇ। ਵਾਹਿਗੁਰੂ ਜੀ ਕਾ ਖਾਲਸਾ। ਤੋਂ ਤੁਹਾਡੇ ਕੋਲ ਆਓ ਸਰ, ਤੁਸੀਂ ਕੀ ਕਹਿਣਾ ਚਾਹੋਗੇ ਚੋਣ ਪ੍ਰਚਾਰ ਬਾਰੇ? ਜੋ ਚੋਣ ਪ੍ਰਚਾਰ ਜੋ ਜਿੱਤ ਹੋਈ ਆ ਜਿਹਨਾਂ ਨੇ ਸਰਪੰਚੀ ਦੀ, ਕੀ ਕਹਿਣਾ ਚਾਹੋਗੇ? ਦੋ ਲਫ਼ਜ਼। ਜੋ ਜਿੱਤ ਹੋਈ ਆ ਜੀ, ਉਹ ਪਬਲਿਕ ਦੀ ਜਿੱਤ ਹੋਈ ਹੈ। ਇਸ ਮੁੰਡੇ ਨੇ ਪਿਛਲੇ ਸਾਲ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ ਆ, ਜੇ ਕੋਈ ਰਹਿ ਗਏ ਕਿਸੇ ਪ੍ਰਕਾਰ ਦੇ ਤਾਂ ਹੁਣ ਵੀ ਧੜੇ ਬੰਦੀ ਤੋਂ ਉੱਠ ਕੇ ਸਮਝੇ ਜੀ ਇਹ ਸਾਰੇ ਕੰਮ ਕਰੇਗਾ। ਨਵੇਂ ਸਾਲ 'ਤੇ ਕੀ ਕਹਿਣਾ ਚਾਹੋਗੇ? ਨਵੇਂ ਸਾਲ ਦੀਆਂ ਵਧਾਈਆਂ ਦੇਣਾ ਜੀ, ਅਤੇ ਉਤਸ਼ਾਹ ਦਿੰਦੇ ਇਹਨਾਂ ਨੂੰ ਵੀ ਹੋਰ ਵੱਧ ਛੱਡ ਕੇ ਕੰਮ ਕਰਨ। ਠੀਕ ਹੈ। ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋ ਤੁਸੀਂ ਚੋਣ ਜਿੱਤੇ ਹੋ?
ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜਿਹੜੇ ਸਾਡੇ ਬਾਹਰ ਵਿਦੇਸ਼ੀ ਵੀਰ ਆ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਅਤੇ ਜਿਹੜੇ ਸਾਡੇ ਮੈਂਬਰ ਸਾਹਿਬਾਨ ਸਾਡੇ ਨਾਲ ਬਹੁਤ ਸਾਡੇ ਲੀਡ ਨੇ ਜਿੱਤੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਅਤੇ ਅੱਗੇ ਵੀ ਅਸੀਂ ਸਰਪੰਚ ਜੀ ਦੀ ਸੇਵਾ ਨਿਭਾਈ ਆ ਅਤੇ ਬਹੁਤ ਹੀ ਡਿਵੈਲਪਮੈਂਟ ਦੇ ਕੰਮ ਕੀਤੇ ਆ ਅਤੇ ਹੁਣ ਵੀ ਅਸੀਂ ਇਹ ਕੰਮ ਵੱਧ ਚੜ੍ਹ ਕੇ ਪਾਲਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਦੇ ਵਿੱਚ ਅਸੀਂ ਨਿਪਰੇ ਚੜ੍ਹਾਵਾਂਗੇ ਜੋ ਸਾਡੇ ਪਿੰਡ ਦੇ ਕੰਮ ਰਹਿੰਦੇ ਆ ਅਤੇ ਬਾਕੀ ਜੋ ਵੀ ਅਸੀਂ ਬਾਹਰਲੇ ਬੰਦੇ ਸਨ ਉਹਨਾਂ ਨੇ ਸਾਨੂੰ ਫੰਡ ਵੀ ਭੇਜਿਆ ਉਹਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇੰਨਾ ਹੀ ਕੁਛ ਕਹਿ ਕੇ ਨਵੇਂ ਸਾਲ 'ਤੇ ਤੁਸੀਂ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋਗੇ ਨਵੇਂ ਸਾਲ 'ਤੇ? ਨਵਾਂ ਸਾਲ ਸਾਡੇ ਸਾਰੇ ਪਿੰਡ ਵਾਸੀਆਂ ਨੂੰ ਜੋ ਵਿਦੇਸ਼ੀ ਵੀਰ ਬਾਹਰ ਸਾਡੇ ਵੱਸਦੇ ਆ ਸਾਰਿਆਂ ਨੂੰ ਖੁਸ਼ੀਆਂ ਖੇੜੇ ਲੈ ਕੇ ਆਵੇ ਜੋ ਵੀ ਸਾਡਾ ਅੱਗੇ ਨਵਾਂ ਸਾਲ ਆਉਣਾ ਸਾਡੇ ਵਾਸਤੇ ਸਾਰਿਆਂ ਵਾਸਤੇ ਸਾਰੇ ਸਾਡੇ ਪੰਜਾਬ ਵਾਸਤੇ ਖੁਸ਼ੀਆਂ ਲੈ ਕੇ ਲੱਖ ਲੱਖ ਵਧਾਈਆਂ ਹੋਣ।